ਬਠਿੰਡਾ ਤੋਂ ਜਿੱਥੇ ਮੋਟਰ ਦੇ ਪਾਣੀ ਨੂੰ ਲੈ ਕੇ ਖੂਨੀ ਝੜਪ ਹੋ ਗਈ ਹੈ। ਦੋ ਧਿਰਾਂ ਵਿਚਾਲੇ ਗੋਲੀ ਚੱਲੀ ਹੈ, ਇੱਕ ਮਹਿਲਾ ਦੀ ਮੌਤ ਹੋਈ ਹੈ ਜਦਕਿ ਇੱਕ ਜ਼ਖਮੀ ਹੋ ਗਈ ਔਰ ਮਹਿਲਾ ਦੇ ਗੋਲੀ ਲੱਗਣ ਦਾ ਸ਼ੱਕ ਜਤਾਇਆ ਜਾ ਰਿਹਾ। ਤਲਵੰਡੀ ਸਾਬੋ ਦੇ ਪਿੰਡ ਰਾਈਆ ਦਾ ਮਾਮਲਾ ਹੈ, ਗੋਲੀ ਚਲਾਈ ਗਈ ਬਠਿੰਡਾ ਦੇ ਵਿੱਚ, ਝੜਪ ਸੀ ਮੋਟਰ ਦੇ ਪਾਣੀ ਨੂੰ ਲੈ ਕੇ। ਮੋਟਰ ਦੀ ਪਾਣੀ ਦਾ ਜੋ ਵਾਰੀ ਹੈ ਅਕਸਰ ਪਿੰਡਾਂ ਦੇ ਵਿੱਚ ਮੋਟਰ ਦੀ ਪਾਣੀ ਜਿਹੜਾ ਆਉਂਦਾ ਉਸ ਵਾਰੀ ਨੂੰ ਲੈ ਕੇ ਲੜਾਈ ਝਗੜੇ ਹੁੰਦੇ ਰਹਿੰਦੇ ਨੇ। ਲੜਾਈ ਝਗੜੇ ਖੂਨੀ ਝੜਪ ਦਾ ਰੂਪ ਲੈ ਲੈਂਦੇ ਨੇ ਜਦੋਂ ਗੋਲੀਆਂ ਚੱਲ ਜਾਂਦੀਆਂ ਨੇ, ਕਿਸੇ ਨਾ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਤਲਵੰਡੀ ਸਾਬੋ ਦੇ ਵਿੱਚ ਬਿਲਕੁਲ ਅਜਿਹਾ ਹੋਇਆ। ਔਰਤ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ, ਇਸ ਦੀ ਮੌਤ ਹੋ ਗਈ ਹੈ ਇਸ ਖੂਨੀ ਝੜਪ ਦੇ ਵਿੱਚ ਅਤੇ ਇੱਕ ਜ਼ਖਮੀ ਹੋਈ ਹੈ। ਦੋ ਪਾਰਟੀਆਂ ਵੀ ਸੀ, 17 ਤਰੀਕ ਨੂੰ ਲੜਾਈ ਹੋਈ ਸੀਗੀ ਅਤੇ ਇੱਕ ਪਾਸੇ ਸੁਖਪਾਲ ਕੌਰ ਆ ਅਤੇ ਇੱਕ ਪਾਸੇ ਸੁਖਦੇਵ ਕੌਰ ਇੰਜਲ ਹੋਈਆਂ ਸੀਗੀਆਂ ਅਤੇ ਸੁਖਪਾਲ ਕੌਰ ਦੀ ਅੱਜ ਮੌਤ ਹੋ ਗਈ ਆ। ਇਸਦੇ ਸੰਬੰਧ 'ਚ ਪਹਿਲਾਂ ਹੀ ਮੁਕੱਦਮਾ ਸਾਡੇ ਕੋਲ 125 ਨੰਬਰ 17824 'ਚ ਦਰਜ ਰਜਿਸਟਰ ਕੀਤਾ ਹੋਇਆ ਤਲਵੰਡੀ ਸਾਬੋ 'ਚ, ਅਤੇ ਅੱਜ ਜੁਰਮ 'ਚ ਵਾਧਾ ਕਰਕੇ ਇਹ 'ਚ ਦੋ ਦੋਸ਼ੀ ਰਜਿਸਟਰ ਕੀਤੇ ਜਾ ਚੁੱਕੇ ਨੇ ਪਹਿਲਾਂ ਹੀ ਅਤੇ ਅਸਲਾ ਬਰਾਮਦ ਕੀਤਾ ਜਾ ਚੁੱਕਾ। ਕੀ ਮਸਲਾ ਸੀ ਸਰ? ਇਹਨਾਂ ਦਾ ਆਪਦੀ ਪੁਰਾਣਾ ਮੋਟਰ ਦਾ ਝਗੜਾ ਚੱਲ ਰਿਹਾ ਸੀਗਾ, ਉਸ ਨੂੰ ਲੈ ਕੇ ਨਾ ਆਪਦੀ ਜੀ ਗੁਆਂਢੀ ਹੈਗੇ ਸਕੇ ਵੀ ਹੈਗੇ ਇਹਨਾਂ ਦਾ, ਉਹਨਾਂ ਝਗੜਾ ਹੋਇਆ ਸੀਗਾ। ਚਾਚੀ ਤਾਂ ਹੀ ਲੱਗਦੀ ਸੀ ਇਹ ਜਰ ਇਹਨਾਂ ਦੀ ਮੁੰਡੀ? ਹਾਂਜੀ, ਸਕੇ ਆਪ ਵੀ ਤੇ ਸਕੇ ਸੰਬੰਧੀ ਹੈ ਜੀ। ਕੌਣ ਸੀਗਾ ਮੁੰਡਾ ਜੀ, ਮਤਲਬ ਦੋਸ਼ੀ? ਦੋਸ਼ੀ ਗੁਰਸੇਵਕ ਸਿੰਘ ਆ ਅਤੇ ਉਹਦੀ ਘਰਵਾਲੀ ਸੁਖਵਿੰਦਰ ਕੌਰ ਆ ਜੀ, ਉਹਨਾਂ ਕੋਲ ਅਸਲਾ ਵੀ ਆਪਦਾ ਫਾਂਸੀ ਸੀਗਾ ਸੁਖਵਿੰਦਰ ਕੌਰ ਦੇ ਨਾਂ 'ਤੇ, ਉਹ ਬਰਾਮਦ ਕਰ ਲਿਆ ਸੀ, ਕਬਜ਼ੇ 'ਚ ਲੈ ਲਿਆ ਅਤੇ ਕੈਂਸਲੇਸ਼ਨ ਉਹਨਾਂ ਦੀ ਆਪਣੇ ਕੈਂਸਲ ਕਰਨ ਵਾਸਤੇ ਰਿਪੋਰਟ ਭੇਜੀ ਜਾ ਚੁੱਕੀ ਹੈ, ਉਹਨਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਜੋੜੀ ਸ਼ਰਮਾ। ਮੌਤ ਕਿਹਦੀ ਹੋਈ ਹੈ ਸਰ? ਸੁਖਪਾਲ ਕੌਰ ਦੀ। ਬਜਾਰ ਅੰਸ ਕੀ ਸੀ, ਮਤਲਬ ਮੋਟਰ ਦਾ ਮਸਲਾ ਸੀ? ਮੋਟਰ ਦਾ ਮਸਲਾ ਸੀ। ਕਹਿੰਦੇ ਇੱਕ ਹੋਰ ਵੀ ਇੰਜਰਡ ਹੈ ਜੀ? ਹਾਂਜੀ, ਉਹ ਗੁਰਸੇਵਕ ਸਿੰਘ ਦੀ ਮਾਤਾ ਵੀ ਦਾਖਲ ਆ ਗਈ, ਉਹਦੀ ਵੀ ਸੱਟਾਂ ਵੱਜੀਆਂ ਹੋਈਆਂ ਨੇ, ਉਹਦੇ ਬਿਆਨ ਦਰਜ ਕੀਤੇ ਗਏ ਨੇ, ਕ੍ਰੋਸ ਕੇਸ ਦਰਜ ਕੀਤਾ ਗਿਆ। ਉਹ ਕੀ ਮਾਮਲਾ ਸੀ? ਉਹ ਵੀ ਉਹ ਇਹਨਾਂ ਨੇ ਦੂਜਿਆਂ ਨੇ ਮਾਰੀ ਜੀ? ਬਠਿੰਡਾ ਤੋਂ ਜਿੱਥੇ ਮੋਟਰ ਦੇ ਪਾਣੀ ਨੂੰ ਲੈ ਕੇ ਖੂਨੀ ਝੜਪ ਹੋ ਗਈ ਹੈ, ਦੋ ਧਿਰਾਂ ਵਿਚਾਲੇ ਗੋਲੀ ਚੱਲੀ ਹੈ, ਇੱਕ ਮਹਿਲਾ ਦੀ ਮੌਤ ਹੋਈ ਹੈ ਜਦਕਿ ਇੱਕ ਜ਼ਖਮੀ ਹੋ ਗਈ ਔਰ ਮਹਿਲਾ ਦੇ ਗੋਲੀ ਲੱਗਣ ਦਾ ਸ਼ੱਕ ਜਤਾਇਆ ਜਾ ਰਿਹਾ। ਤਲਵੰਡੀ ਸਾਬੋ ਦੇ ਪਿੰਡ ਰਾਈਆ ਦਾ ਮਾਮਲਾ ਹੈ, ਗੋਲੀ ਚਲਾਈ ਗਈ ਬਠਿੰਡਾ ਦੇ ਵਿੱਚ, ਝੜਪ ਸੀ ਮੋਟਰ ਦੇ ਪਾਣੀ ਨੂੰ ਲੈ ਕੇ। ਮੋਟਰ ਦੀ ਪਾਣੀ ਦਾ ਜੋ ਵਾਰੀ ਹੈ ਅਕਸਰ ਪਿੰਡਾਂ ਦੇ ਵਿੱਚ ਮੋਟਰ ਦੀ ਪਾਣੀ ਜਿਹੜਾ ਆਉਂਦਾ ਉਸ ਵਾਰੀ ਨੂੰ ਲੈ ਕੇ ਲੜਾਈ ਝਗੜੇ ਹੁੰਦੇ ਰਹਿੰਦੇ ਨੇ। ਲੜਾਈ ਝਗੜੇ ਖੂਨੀ ਝੜਪ ਦਾ ਰੂਪ ਲੈ ਲੈਂਦੇ ਨੇ ਜਦੋਂ ਗੋਲੀਆਂ ਚੱਲ ਜਾਂਦੀਆਂ ਨੇ, ਕਿਸੇ ਨਾ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਤਲਵੰਡੀ ਸਾਬੋ ਦੇ ਵਿੱਚ ਬਿਲਕੁਲ ਅਜਿਹਾ ਹੋਇਆ। ਔਰਤ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ, ਇਸ ਦੀ ਮੌਤ ਹੋ ਗਈ ਹੈ ਇਸ ਖੂਨੀ ਝੜਪ ਦੇ ਵਿੱਚ ਅਤੇ ਇੱਕ ਜ਼ਖਮੀ ਹੋਈ ਹੈ। ਦੋ ਪਾਰਟੀਆਂ ਵੀ ਸੀ, 17 ਤਰੀਕ ਨੂੰ ਲੜਾਈ ਹੋਈ ਸੀਗੀ ਅਤੇ ਇੱਕ ਪਾਸੇ ਸੁਖਪਾਲ ਕੌਰ ਆ ਅਤੇ ਇੱਕ ਪਾਸੇ ਸੁਖਦੇਵ ਕੌਰ ਇੰਜਲ ਹੋਈਆਂ ਸੀਗੀਆਂ ਅਤੇ ਸੁਖਪਾਲ ਕੌਰ ਦੀ ਅੱਜ ਮੌਤ ਹੋ ਗਈ ਆ। ਇਸਦੇ ਸੰਬੰਧ 'ਚ ਪਹਿਲਾਂ ਹੀ ਮੁਕੱਦਮਾ ਸਾਡੇ ਕੋਲ 125 ਨੰਬਰ 17824 'ਚ ਦਰਜ ਰਜਿਸਟਰ ਕੀਤਾ ਹੋਇਆ ਤਲਵੰਡੀ ਸਾਬੋ 'ਚ, ਅਤੇ ਅੱਜ ਜੁਰਮ 'ਚ ਵਾਧਾ ਕਰਕੇ ਇਹ 'ਚ ਦੋ ਦੋਸ਼ੀ ਰਜਿਸਟਰ ਕੀਤੇ ਜਾ ਚੁੱਕੇ ਨੇ ਪਹਿਲਾਂ ਹੀ ਅਤੇ ਅਸਲਾ ਬਰਾਮਦ ਕੀਤਾ ਜਾ ਚੁੱਕਾ। ਕੀ ਮਸਲਾ ਸੀ ਸਰ? ਇਹਨਾਂ ਦਾ ਆਪਦੀ ਪੁਰਾਣਾ ਮੋਟਰ ਦਾ ਝਗੜਾ ਚੱਲ ਰਿਹਾ ਸੀਗਾ, ਉਸ ਨੂੰ ਲੈ ਕੇ ਨਾ ਆਪਦੀ ਜੀ ਗੁਆਂਢੀ ਹੈਗੇ ਸਕੇ ਵੀ ਹੈਗੇ ਇਹਨਾਂ ਦਾ, ਉਹਨਾਂ ਝਗੜਾ ਹੋਇਆ ਸੀਗਾ। ਚਾਚੀ ਤਾਂ ਹੀ ਲੱਗਦੀ ਸੀ ਇਹ ਜਰ ਇਹਨਾਂ ਦੀ ਮੁੰਡੀ? ਹਾਂਜੀ, ਸਕੇ ਆਪ ਵੀ ਤੇ ਸਕੇ ਸੰਬੰਧੀ ਹੈ ਜੀ। ਕੌਣ ਸੀਗਾ ਮੁੰਡਾ ਜੀ, ਮਤਲਬ ਦੋਸ਼ੀ? ਦੋਸ਼ੀ ਗੁਰਸੇਵਕ ਸਿੰਘ ਆ ਅਤੇ ਉਹਦੀ ਘਰਵਾਲੀ ਸੁਖਵਿੰਦਰ ਕੌਰ ਆ ਜੀ, ਉਹਨਾਂ ਕੋਲ ਅਸਲਾ ਵੀ ਆਪਦਾ ਫਾਂਸੀ ਸੀਗਾ ਸੁਖਵਿੰਦਰ ਕੌਰ ਦੇ ਨਾਂ 'ਤੇ, ਉਹ ਬਰਾਮਦ ਕਰ ਲਿਆ ਸੀ, ਕਬਜ਼ੇ 'ਚ ਲੈ ਲਿਆ
ਕੈਂਸਲੇਸ਼ਨ ਉਹਨਾਂ ਦੀ ਆਪਣੇ ਕੈਂਸਲ ਕਰਨ ਵਾਸਤੇ ਰਿਪੋਰਟ ਭੇਜੀ ਜਾ ਚੁੱਕੀ ਹੈ ਅਤੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਗੋਲੀ ਸ਼ਰਮਾ। ਮੌਤ ਕਿਹਦੀ ਹੋਈ ਹੈ ਸਰ? ਸਤਪਾਲ ਕੌਰ ਦੀ ਹੋਈ ਦੂਜੀ ਪਾਰਟੀ। ਵਜ੍ਹਾ ਰੈਂਸ ਕੀ ਸੀ? ਮਤਲਬ ਮੋਟਰ ਦਾ ਹੀ ਮਸਲਾ ਸੀ? ਮੋਟਰ ਦਾ ਮਸਲਾ ਸੀ। ਕਹਿੰਦੇ ਇੱਕ ਹੋਰ ਵੀ ਇੰਜਰਡ ਹੈ ਜੀ? ਹਾਂਜੀ, ਉਹ ਗੁਰਸੇਵਕ ਸਿੰਘ ਦੀ ਮਾਤਾ ਵੀ ਦਾਖਲ ਆ ਗਈ, ਉਹਦੀ ਵੀ ਸੱਟਾਂ ਵੱਜੀਆਂ ਹੋਈਆਂ ਨੇ, ਉਹਦੇ ਵੀ ਬਿਆਨ ਦਰਜ ਕੀਤੇ ਗਏ ਨੇ, ਕ੍ਰੋਸ ਕੇਸ ਦਰਜ ਕੀਤਾ ਗਿਆ। ਉਹ ਕੀ ਮਾਮਲਾ ਸੀ? ਉਹ ਵੀ ਉਹ ਇਹਨਾਂ ਨੇ ਦੂਜਿਆਂ ਨੇ ਮਾਰੀ ਜੀ?